बिस्मिल्लाहिर्रहमानिर्रहीम, अस्सलाम वालेकुम मेरे प्यारे बहन भाइयों, क्या हाल है। मैं दुआ करनी है मेरे बहन भाई जितने रहना खुश रहना आबाद रहना, अल्हम्दुलिल्लाह से बिल्कुल ठीक ठाक है। इस नेक दुआ के नाल आज दी वीडियो आगाज़ करने आगे, जेडे मेरे बहन भाई देश में परदेश में अल्लाह पाक साहब का अपनी ईमान में रखे। आमीन सुमा आमीन जी। सुबह सुबह जाने जी, टाइम हो गया 10 दा और बना लगे जी नाश्ता। तुहानू पता है कि बच्चे ने आगे सी छुट्टियां ते और बच्चे ने उठते ने लेट ते फिर नाश्ता जेड़ा ना उन्हां दे मुताबिक ही बनाना पैंदा। मैं पहले बना के रख देवां ते फिर ठंडा जांदा है, इस वास्ते ना जदों उठते ने उदों बनाना होंदा। ਹਾਂਜੀ, ਅਤੇ ਅੰਦਰ ਦੀ ਸਫਾਈ ਕਰਨ ਨਾਲ ਐਜ਼ਾ ਰਾਣੀ ਲੱਗੀ ਹੋਈ ਹੈ, ਕਿਉਂਕਿ ਇੱਥੇ ਨੇ ਇਹਦੇ ਭਾਈ ਨਹੀਂ ਜਾਣਾ ਅੰਦਰ ਸਮੈਣਾ ਹੁੰਦਾ ਹੈ। ਬਾਹਰ ਜਾਣਾ ਜੀ ਕਾਫੀ ਸੇਕਾ ਜਾਣਾ ਆਉਂਦਾ ਪਿਆ ਹੋਣਾ ਜੀ, ਕਿਉਂਕਿ ਟਾਈਮ ਜਿਹੜਾ 10 ਉੱਤੇ ਹੁੰਦਾ ਪਿਆ ਅਤੇ ਇਹਦੂ ਜਿਹੜਾ ਸੇਕ ਆਉਣਾ ਸ਼ੁਰੂ ਹੋ ਗਿਆ ਹੋਇਆ। ਕਾਕਾ ਮਾਸ਼ਾਅੱਲਾ ਜਾਣਾ ਜਗਦਾ ਪਿਆ ਖੇਡਦਾ ਪਿਆ। ਕਿਆ ਕਰ ਰਹੀ ਹੋ ਮੇਰੀ ਜਾਨ, ਮੇਰੀ ਜਾਨ ਕਿਆ ਕਰ ਰਹੀ ਹੈ, ਖੇਡ ਰਹੇ ਨੇ। ਹਾਂਜੀ, ਕਾਕਾ ਖੇਡਦਾ ਪਿਆ ਔਰ ਮੈਂ ਜਿਹੜੀ ਨਾ ਉਹਦੇ ਨਾਸ਼ਤਾ ਜਿਹੜਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਤਵਾ ਰੱਖ ਦਿੱਤਾ ਹੈ। ਮੈਂ ਕਿਹਾ ਮੈਂ ਨਾਸ਼ਤਾ ਬਣਾ ਲੈਂਦੀ ਹਾਂ, ਐਜ਼ਾ ਰਾਣੀ ਕਮਰੇ ਦੀ ਸਫਾਈ ਕਰ ਲਈ ਸੀ ਔਰ ਕਾਕੇ ਨੂੰ ਅੰਦਰ ਚੁੱਕ ਪਾਸ ਆਏ ਔਰ ਫਿਰ ਜਿਹੜਾ ਨਾ ਬਾਹਰ ਦੀ ਸਫਾਈ ਕਰਦੀ ਸਾਂ। ਅਤੇ ਜਿਹੜਾ ਨਾ ਕਾਕਾ ਬਾਹਰ ਬਣਾ ਸੀ ਫਿਰ ਬਾਹਰ ਸਫਾਈ ਨਹੀਂ ਕਰਦੇ, ਕਿਉਂਕਿ ਗੱਟਾ ਮਿੱਟੀ ਜਿਹੜਾ ਨਾ ਕਾਫੀ ਉੜਦਾ ਅਤੇ ਇਸ ਵਾਸਤੇ ਨਾ ਬੱਚੇ ਨੂੰ ਅੱਛਾ ਨਹੀਂ ਹੁੰਦਾ ਗੱਟਾ। ਅਤੇ ਮੈਂ ਤੁਸੀਂ ਨਾ ਸਫਾਈ ਬੇਟਾ ਕਰੋ, ਮੈਂ ਨਾ ਉਹ ਤਾਂ ਨਾਸ਼ਤਾ ਤਿਆਰ ਕਰਨੀ ਆ, ਅੰਦਰ ਬਹਿ ਕੇ ਨਾਸ਼ਤਾ ਖਾ ਲਈ ਸਾਂ ਜਾਂ ਫਿਰ ਸਫਾਈ ਕਰਕੇ ਨਾਸ਼ਤਾ ਖਾ ਲਈ ਸਾਂ, ਜਾਂ ਸਫਾਈ ਤੋਂ ਪਹਿਲੇ ਖਾਣਾ ਅਤੇ ਫਿਰ ਅੰਦਰ ਜਾ ਖਾਵਾਂਗੇ। ਬਾਹਰ ਜਾਣਾ ਬਹਿ ਕੇ ਨਹੀਂ ਖਾਵਾਂਗੇ। ਅਤੇ ਉਹ ਤਾਂ ਮੀਆਂ ਸਾਹਿਬ ਹੋ ਜਾਣਾ, ਬਿਲਾਲ ਵੀ ਆ ਜਾਂਦੇ ਨੇ, ਉਹ ਲੱਗੇ ਜਾਂਦੇ ਬਾਹਰ ਕਿਹਾ ਮਿਲਦਾ ਸਬਜ਼ੀ ਨੂੰ ਪਾਣੀ ਲਾਉਣ ਵਾਸਤੇ। ਸਾਡੀ ਜਿਹੜੀ ਹੈ ਨਾ ਜੀ ਉਹ ਖਤਮ ਹੋ ਗਈ ਹੋਈ ਹੈ, ਸਾਨੂੰ ਜਿਹੜਾ ਨਾ ਹੁਣ ਬਸ ਪੌਦਿਆਂ ਨੂੰ ਪਾਣੀ ਲਾਉਣਾ ਪੈਂਦਾ ਹੈ। ਅਤੇ ਸਬਜ਼ੀ ਜਿਹੜੀ ਨਾ ਬਿਲਕੁਲ ਹੀ ਖਤਮ ਹੋ ਗਈ। ਸਭ ਜਿਹੜੀਆਂ ਮਿਰਚਾਂ ਨਾ ਉਹ ਥੋੜ੍ਹੀ ਮੋਟੀ ਰਹਿ ਗਈ ਹੋਈਆਂ ਨੇ, ਉਹ ਵੀ ਇਹਨਾਂ ਕਿ ਜਦੋਂ ਲਾਲ ਹੁੰਦੀਆਂ ਨਾ ਉਹ ਕੀੜਾ ਪਾ ਕੇ ਡਿੱਗ ਜਾਂਦੀਆਂ ਨੇ, ਕੁਛ ਸਾਗੀਆਂ ਜਿਹੜੀਆਂ ਉਹ ਜ਼ਿਆਦਾ ਖੜੀਆਂ ਨੇ। ਤਾਂ ਇੰਝ ਸ਼ੁਕਰ ਅਲਹਮਦੁਲਿਲਾ ਵੀ ਜਿਹੜਾ ਨਾ ਖਾਵਾਂ ਜੋਗੀਆਂ ਕੁਛ ਬਣ ਗਈਆਂ ਨੇ। ਤੁਹਾਨੂੰ ਪਤਾ ਇਹ ਸਾਲ ਦਾ ਖਾਣਾ ਹੁੰਦਾ ਹੈ, ਮਰਚ ਲਾਲ ਇਹ ਪਿਸਾ ਕੇ ਤੁਹਾਨੂੰ ਪਤਾ ਰੱਖਣੀ ਪੈਂਦੀ ਹੈ, ਫਿਰ ਸਾਰ ਪੂਰਾ ਜਿਹੜਾ ਨਾ ਵਰਤਣਾ ਹੁੰਦਾ। ਲੇਕਿਨ ਅਲਹਮਦੁਲਿਲਾ ਕੁਦੋਕ ਸਿਹਤ 'ਚ ਲਾਜ਼ਮੀ ਹੋ ਗਈ, ਉਸ ਵੇਲੇ ਜ਼ਿਆਦਾ ਨਹੀਂ ਤਾਂ ਅਤੇ ਉਹਦੇ ਖਾਣੇ ਦੀ ਕਰਤਨ ਜਿਹੜੀ ਨਵੀਆਂ ਫਿਰ ਤਿਆਰ ਹੋ ਜਾਵੇ। ਅਲਹਮਦੁਲਿਲਾ ਜੀ ਨਾਸ਼ਤਾ ਜਿਹੜਾ ਜੀ ਉਹ ਕਰ ਲਿਆ ਹੋਇਆ ਹੈ ਔਰ ਮੇਰੇ ਸਾਹਿਬ ਨੂੰ ਤਾਂ ਜਿਹੜਾ ਨਾ ਆਇਆ ਕੋਈ ਨਹੀਂ, ਫਿਰ ਅਸੀਂ ਬੱਚਿਆਂ ਨੇ ਨਾਸ਼ਤਾ ਉਹਨਾਂ ਵੀ ਕਰ ਲਿਆ, ਸਾਨੂੰ ਤਾਂ ਭੁੱਖ ਕਾਫੀ ਜ਼ਿਆਦਾ ਲੱਗੀ ਹੋਈ ਸੀ, ਕਿਉਂਕਿ ਟਾਈਮ ਜਿਹੜਾ ਨਾ 11 ਤੋਂ ਉੱਤੇ ਦਾ ਹੋ ਗਿਆ, ਤੂੰ ਹਾਲੀ ਨਹੀਂ ਆਇਆ। ਮੈਂ ਕਿਹਾ ਜਦੋਂ ਆਵਾਂਗੇ ਨਾ ਉਦੋਂ ਖਾ ਲਵਾਂਗੇ, ਮਤਲਬ ਵੀ ਇਹਨੇ ਵੇਟ ਕੇ ਰੱਖ ਦਿੱਤੀ ਹੈ। ਅਤੇ ਫੈਜ਼ਾ ਰਾਣੀ ਕਿਆ ਕਰ ਰਹੀ ਹੋ, ਲੋਸ਼ਨ ਲਗਾ ਰਹੀ ਹੋ, ਲੋਸ਼ਨ ਬਾਹਰ ਰਹਿ ਗਿਆ ਨਾ ਤਾਂ ਫੈਜ਼ਾ ਨੇ ਉਸ ਟਾਈਮ ਚੁੱਕ ਕੇ ਨਾ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਗੁੰਨਾ ਬੱਚਾ। ਔਰ ਬੇਬੀ ਜਿਹੜਾ ਨਾ ਜੀ ਉਹਨੂੰ ਮੈਂ ਮਾਲਿਸ਼ ਕਰ ਦਿੱਤੀ ਹੈ, ਉਹ ਮਾਸ਼ਾਅੱਲਾ ਜਿਹੜਾ ਨਾ ਕਿਰ ਸੁੱਤੇ ਪਏ ਨੇ, ਕਿਉਂਕਿ ਜਦੋਂ ਉਹਨੇ ਮਾਲਿਸ਼ ਕੀਤੀ ਇਹਨਾਂ ਤਾਂ ਘੰਟਾ 2 ਘੰਟੇ ਨਾ ਆਰਾਮ ਕਰ ਛੱਡਣਾ, ਤਾਂ ਉਸ ਤੋਂ ਬਾਅਦ ਜਿਹੜਾ ਨਾ ਫਿਰ ਮੈਂ ਨਵਾ ਦੇਵਾਂਗੀ। ਤਾਂ ਜਦੋਂ ਫਿਰ ਨਵਾ ਵੀ ਦਾ ਨਾ ਫਿਰ ਮਾਸ਼ਾਅੱਲਾ ਕਾਫੀ ਦੇਰ ਜਿਹੜਾ ਨਾ ਉਹ ਸੁਣਦਾ ਹੈ। ਗਰਮੀ ਨਾ ਅਗਰ ਬੱਚੇ ਨਵਾ ਵੀ ਨਾ ਤਾਂ ਫਿਰ ਜਿਹੜਾ ਸਕੂਨ ਨੀਂਦ ਦੀ ਜਿਹੜੀ ਨਾ ਉਹ ਨਹੀਂ ਆਉਂਦੀ। ਉਹਨੇ ਤਾਰੀ ਤੱਕ ਜਿਹੜਾ ਨਾ ਘੰਟਾ ਡੇਢ ਸੌਣਾ ਹੈ, ਉਸ ਤੋਂ ਬਾਅਦ ਨਵੇਂ ਨਾ ਉਹ ਤਾਂ ਜਿਹੜਾ ਜਿਹੜੀ ਨਾ ਸਫਾਈ ਨਾ ਉਹ ਕਰ ਲੈਂਦੇ ਹਾਂ। ਜੇ ਦੇਖੇ ਜੀ ਸਾਰਾ ਬੇੜੇ ਕਤਰਾ ਪਿਆ ਹੋਇਆ ਔਰ ਕਮਰੇ 'ਤੇ ਫਾਇਦਾ ਸਫਾਈ ਕੀਤੀ ਐਜ਼ਾ ਫਾਇਦਾ ਕਹਿ ਰਹੀ ਹਾਂ, ਲੇਕਿਨ ਬਾਹਰ ਜਿਹੜੀ ਨਾਲ ਸਾਰੀ ਕਰਨ ਆਈ ਹੈ। ਹਾਂਜੀ, ਅਤੇ ਨਾਸ਼ਤਾ ਕਰਕੇ ਨਾ ਅੰਦਰ ਚਲੇ ਗਏ ਸੀ, ਬੱਚਿਆਂ ਨੂੰ ਨਵਾਇਆ, ਛੋਟੇ ਬੇਬੀ ਨਵਾਇਆ, ਉਸ ਤੋਂ ਬਾਅਦ ਜਿਹੜਾ ਫੈਜ਼ਾ ਨਵਾਕ ਤਿਆਰ ਕੀਤਾ, ਉੱਥੇ ਅੰਦਰ ਹੀ ਜਿਹੜਾ ਸੌਂ ਗਏ ਹੈਗੇ ਅਤੇ ਕਾਫੀ ਦੇਰ ਜਿਹੜਾ ਆਰਾਮ ਕਰਦੇ ਰਹੇ। ਤਕਰੀਬਨ 3 ਦਾ ਟਾਈਮ ਹੋ ਗਿਆ ਅਤੇ ਹੁਣ ਬਾਹਰ ਆਏ ਹਾਂ। ਮੇਰੇ ਸਾਹਿਬ ਨੇ ਮੇਰੇ ਵਾਸਤੇ ਨੇ ਉੱਤੇ ਗੋਸ਼ਤ ਰੱਖ ਦਿੱਤਾ ਹੈ ਬੱਕਰੇ ਦਾ, ਉਹਨੇ ਕਿਹਾ ਕਿ ਤੁਹਾਡਾ ਤਿਆਰ ਜਿਹੜਾ ਹੋ ਜਾਵੇ ਸਾਲਣ ਔਰ ਉਸ ਤੋਂ ਬਾਅਦ ਫਿਰ ਨਾ ਅਸੀਂ ਆਪਣਾ ਸਾਲਣ ਤਿਆਰ ਕਰ ਦਿੱਤਾ। ਮੱਖ ਚਲੋ ਜੀ ਠੀਕ ਹੋ ਗਿਆ ਔਰ ਮੈਂ ਜਿਹੜੀ ਇਹਨਾਂ ਦੀ ਸਾਲਣ ਤਿਆਰ ਅੰਦਰ ਤੀਕਰ ਨਾ ਥੋੜ੍ਹੀ ਬਹੁਤੀ ਨੇ ਘਰ ਦੀ ਸਫਾਈ ਕਰ ਲਈ ਹੈ, ਕਿਉਂਕਿ ਸਭ ਤੋਂ ਸੁਬਹ ਦੀ ਸਫਾਈਆਂ ਖੋਲੀ ਹੋਈ ਆ। ਉੱਠੇ ਵੀ ਲੇਟ ਆਏ ਔਰ ਉਸ ਤੋਂ ਇਲਾਵਾ ਫਿਰ ਨਾ ਬਸ ਬੱਚਿਆਂ ਦਾ ਕਰਦੇ ਰਹਿ ਗਏ ਤਾਂ ਕੰਮ ਜਿਹੜਾ ਖੋਲੀ ਹੋਇਆ। ਹਾਂਜੀ, ਸਫਾਈ ਕਰਨ ਲੱਗੀ ਆ, ਮੇਰੇ ਹੱਥੇ ਜਿਹੜੇ ਨਾ ਕਾਕੇ ਸਫਾਈ ਨਹੀਂ ਕਰੀ ਦਿੱਤੀ, ਬੱਚੇ ਫਿਰ ਨਾ ਮਾਸ਼ਾ ਸਫਾਈ ਸਾਰੀ ਕਰ ਲਈ ਹੋਈ ਹੈ ਔਰ ਹੁਣ ਮੈਂ 4 ਪਹੀਏ ਨੂੰ ਲਾ ਦਿੱਤੀ ਨੇ, ਤਕੀ ਵੀ ਲਾ ਦਿੱਤੇ ਨੇ, ਹੋਰ ਥੋੜ੍ਹੇ ਨਾ ਸਫਾਈ ਦਾ ਜੁਗਾ ਲਾ ਦਿੰਦੇ ਆ, ਫਿਰ ਵੀ ਨੰਬਰੀ ਮੇਨ ਦਾ ਹੋਇਆ ਸੀ ਸਾਰੇ ਕਰ ਲਿਆ। ਜੁਗਾ ਕਰ ਦੇਣਾ ਤੇ ਬੇਬੀ ਨੂੰ ਬਾਹਰ ਲੈ ਜਾਣ, ਅਗਰ ਲੱਪਾ ਖੇਡਣਾ ਹੋਵੇ ਫਿਰ ਬੰਦ ਕਰ ਦਿੱਤਾ।
ਨਹੀਂ ਲੈਣੀ ਸੀ, 4 ਵਜੇ ਲੈ ਕੇ ਨਹੀਂ ਪ੍ਰਕਾਸ਼ ਕਰ ਦਿੱਤਾ। ਮਾਸਲਾ ਠੰਡਾ ਮੌਸਮ ਹੋ ਗਿਆ ਹੈ, ਪੱਕਾ ਚਲਾ ਦੇ ਰਹੇ। ਫਿਰ ਅਦਾ ਰਾਣੀ ਬਾਲਟੀ ਬਾਹਰ ਸੜ ਕੇ ਆਓ, ਕਚਰਾ ਸਾਰਾ ਬਾਲਟੀ ਨੇ ਸੜ ਕੇ ਉੱਠੀ, ਕਚਰਾ ਬਾਹਰ ਸੜ ਕੇ ਆਓ, ਮੈਂ ਦੇਣਾ ਥੋੜੇ ਬਰਤਨ ਨੇ ਉਹ ਸਾਫ਼ ਕਰ ਦੇਵਾਂ, ਉਸ ਤੋਂ ਬਾਅਦ ਦੇ ਰਹੇ ਹੈ। ਮੰਮਾ ਜੀ ਇਹ ਮੈਂ ਫੇਕਣਾ? ਹਾਂ ਤੇ ਫੇਕ ਕਰ ਦੇ, ਕਾ ਲੋ ਗਾਂ ਜਿਹੜਾ ਹੈ ਉਹ ਤੇਰੀ ਕਮੀਜ਼ ਦੀ ਮੇਰੇ ਰੱਖਾਂ ਵਿੱਚ ਵਹੀ ਵਿੱਚ। ਨਹੀਂ 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 ਫੇਕ। ਖਰਾਬ ਇਹ ਵਿੱਚ ਚੁੱਕ ਕੇ ਕੱਢ ਲਵਾਂਗੇ, ਕਿਉਂਕਿ ਇਹਦੇ ਨਾਲ ਫਿਰ ਸਾਲਾਂ ਨਾਲ ਲਾਲ ਨੀ ਬਣਦਾ। ਜਿਹੜੀਆਂ ਬਾਕੀ ਦੇ ਸਹੀ ਮਿਰਚਾਂ ਹੈ ਨਾ ਉਹ ਫਿਰ ਰੱਖ ਲਵਾਂ। ਜਿਹੜੀ ਹੈਗੇ ਨੇ ਸਿੰਨੀਆਂ ਮਿਰਚਾਂ ਸੁੱਕਣੇ ਪਾ ਦਿੱਤੇ ਨੇ ਇਸ ਕੱਪੜੇ ਤੇ, ਔਰ ਇਹ ਕੱਪੜਾ ਵਿਹਲਾ ਕਰ ਲਿਆ ਤੇ ਮਿਰਚਾਂ ਥੱਲੇ ਸੁੱਟੀਆਂ ਨੇ। ਛੋਟੇ ਦੇ ਗੋਲ ਚੈੱਕ ਕਰੇ, ਅਗਰ ਮੀਂਹ ਸਾਹਿਬ ਕੰਮ ਕਰਨਾ ਤਾਂ ਫਿਰ ਮੈਨੂੰ ਪਾਉਣਾ ਪੈਂਦਾ। ਉਹ ਮਾਸ਼ਾਅੱਲਾ ਜਿਹੜਾ ਨਾ ਹੁਣ ਕਾਫੀ ਦੇਰ ਨਾ ਲੈ ਲੈਂਦਾ ਹੈਗਾ, ਉਹ ਟਿਕਦਾ ਹੀ ਨਹੀਂ ਹੈਗਾ ਜ਼ਿਆਦਾਤਰ। ਤੁਹਾਨੂੰ ਪਤਾ ਕਿ ਬਾਹਰ ਥੋੜ੍ਹਾ ਮੋਟਾ ਮੈਂ ਰੱਖੀਦਾ, ਫਿਰ ਵੀ ਤਾਂ ਬਣਾਉਣਾ ਹੈ। ਲੇਕਿਨ ਜਿਹੜਾ ਨਾ ਉਹ ਫਿਰ ਸਕੂਨ ਨਹੀਂ ਸੁਣਦੇ, ਉਹਦੇ ਕੋਲ ਇੱਕ ਬੰਦੇ ਨਾਲ ਲਾਜ਼ਮੀ ਬਹਿਣਾ ਪੈਂਦਾ। ਬਿਲਾਲ ਦਿਲ ਹੋਵੇ ਨਾ ਕੰਮ ਕਰਨ 'ਤੇ ਤਾਂ ਮਾਸ਼ਾਅੱਲਾ ਬੜਾ ਕੰਮ ਕਰਦਾ। ਚੈੱਕ ਕਰੇ ਸਾਰੇ ਪੌਦਿਆਂ ਨੂੰ ਵੀ ਪਾਣੀ ਲਾ ਦਿੱਤਾ ਹੈ, ਔਰ ਸਾਰੀ ਪੱਕੀ 'ਤੇ ਵੀ ਨਾ ਤੁਰਕਾ ਕਰ ਦਿੱਤਾ ਸੀ, ਪਰ ਅੰਦਰ ਵਾਲੀ ਸਾਰੀ ਸਫਾਈ ਵੀ ਨਾ ਬਿਲਾਲ ਨੇ ਕੀਤੀ ਹੈ। ਫਾਇਦਾ ਸਿਰਫ ਵੈਦੇ ਕੀਤੀ, ਬੈਠਾ ਦੀ ਸਫਾਈ ਔਰ ਬਾਕੀ ਨੇ ਬਿਲਾਲ ਨੇ ਕਰ ਲਈ ਹੋਈ ਹੈ। ਬੱਚਾ ਫਿਰ ਰੁਕਦਾ ਨਹੀਂ ਹੈਗਾ, ਦੂਸਰਾ ਕਾਕਾ ਛੋਟਾ ਅਗਰ ਰੁਕ ਜਾਵੇ ਤਾਂ ਫਿਰ ਮੈਂ ਪਹਿਲੇ ਆਉਣਾ, ਫਿਰ ਮੈਂ ਆਪ ਸਫਾਈ ਕਰਨ ਲੱਗੀ ਹਾਂ। ਲੇਕਿਨ ਮੇਰਾ ਨਾ ਕਾਕਾ ਨੇ ਰੋਣਾ ਸ਼ੁਰੂ ਕਰ ਦਿੱਤਾ, ਤਾਂ ਫਿਰ ਮੇਰੇ ਪਾਪਾ ਨੇ ਆਖਿਆ ਤੁਸੀਂ ਕਾਹਦਾ ਸਫਾਈ ਲਹਿਰ। ਹਾਂਜੀ ਮੇਰਾ ਸਾਲਾ ਜਿਹੜਾ ਮੀਆਂ ਸਾਹਿਬ ਨੇ ਤਿਆਰ ਕੀਤਾ ਨਾ ਬਿਲਕੁਲ ਹੀ ਕਾਲੀ ਮਿਰਚ ਪਾ ਕੇ, ਮੱਠੀ ਨਮਕ ਮਰਾ ਚਾਹ ਸਭ ਕੁਝ ਜਿਹੜਾ ਮੱਠਾ ਜਿਹਾ ਮਸਾਲਾ ਪਾ ਕੇ ਮੈਂ ਤਿਆਰ ਕੀਤਾ। ਅਤੇ ਬੱਕਰੇ ਦਾ ਗੋਸ਼ਤ ਉਹਨੇ ਆਖਿਆ ਕਿ ਇਹ ਆਪਣੇ ਸਾਈਡ 'ਤੇ ਪਾ ਲਾ, ਕਿਉਂਕਿ ਹਾਂਜੀ ਕੜਾਹੀ ਦੇ ਵਿੱਚ ਅਸੀਂ ਆਪਣਾ ਲਾਉਣਾ ਤੜਕਾ, ਕਿਉਂਕਿ ਉਹਨਾਂ ਦਾ ਸਾਲਾ ਮਾਸ਼ਾਅੱਲਾ ਦੇ ਤਿਆਰ ਹੁੰਦਾ ਪਿਆ। ਕੜਾਹੀ ਜਿਹੜੀ ਨੇ ਵਿਹਲੀ ਕਰ ਦਿੱਤੀ ਹੈ, ਸਾਲਾ ਜਿਹੜਾ ਨਾ ਆਪਦਾ ਇਹਦੇ ਪਾ ਲਿਆ ਹੋਇਆ, ਔਰ ਮੀਆਂ ਸਾਹਿਬ ਜਾਣੇ ਕਿਚਨ ਜਾਣੇ, ਮੇਰਾ ਤਾਂ ਬੇਬੀ ਉੱਠ ਗਿਆ, ਮੈਂ ਚੜ ਕਰਾਉਂਦੀ। ਹਾਂਜੀ ਕਿਹੜਾ ਬਣਾ ਕੇ ਦੇ ਰਹੀ ਹਾਂ, ਉਹ ਐਸਾ ਚੁੱਕ ਕੇ ਬੈਠੀ ਹੋਈ ਆਵੇ, ਚੈੱਕ ਕਰੇ ਇਧਰ ਦੇਖੇ ਇਧਰ ਦੇਖੇ ਇਧਰ ਦੇਖੇ ਇਧਰ ਦੇਖੇ ਇਹ ਦੇਖੇ ਉੱਡ ਗਿਆ ਕਿ ਨਹੀਂ। ਹਾਂ ਕਾਨੂੰਨੀ ਜਿਹੜੇ ਨੇ ਦੁਕਾਨ ਕੋਈ ਨਹੀਂ ਤੇ ਫਾਇਦਾ ਸਾਨੂੰ ਜਾਣਾ ਕਾਫੀ ਤੰਗ ਕੀਤਾ ਹੁੰਦਾ, ਇੱਕ ਟਾਈਮ ਮੈਨੂੰ ਦਿਹਾੜੀ ਚੀਜ਼ ਨਾ ਮਿਲਦਾ। ਚੈੱਕ ਕਰੇ ਮੋਟਰਸਾਈਕਲ ਤੱਕ ਹੋ ਗਈ ਤੇ ਬਿਲਾਲ ਨੂੰ ਕਹਿੰਦੇ ਵੀ ਮੈਨੂੰ ਸ਼ਾਇਦ ਲੈ ਦਿਓ, ਆਹ ਲੈ ਮੇਰਾ ਬੇਟਾ ਆਹ 100 ਰੁਪਈਆ ਹੈ, ਉਹ ਨਿਕ ਜੂਸ ਚ ਲੈ ਦਿਵਿਆ ਹੈ, ਤੀਆਂ ਦਾ ਠੀਕ ਹੋ ਗਿਆ ਨਾ, ਚਾਹੀਆਂ ਨਹੀਂ ਮਿਲਦਾ ਆਹ, ਤੇ ਬਾਕੀ ਜਿਹੜੇ ਨੇ ਬਿਸਕੁਟ ਲੈ ਲਓ, ਠੀਕ ਹੈ ਵੀਆਂ ਯਾਰ ਆ ਜਾ। ਹਾਂਜੀ ਚੀਜ਼ੀ ਲੈ ਆਇਓ, ਅੱਛਾ ਮਾਸ਼ਾਅੱਲਾ ਖੁਸ਼ ਹੋ ਗਏ, ਅੱਛਾ ਅੱਛਾ ਪੈਪ ਲਾ ਗਾ ਦੇ ਤੂੰ, ਪੈਪ ਕਹਾਂ ਹੈ? ਹਾਂਜੀ ਮਜ਼ਾ ਆ ਰਿਹਾ ਹੈ ਫੈਜ਼ੂ, ਮਜ਼ਾ ਆ ਰਿਹਾ ਹੈ ਮਾਸ਼ਾਅੱਲਾ। ਹਾਂ ਵੀ ਆਪਣੇ ਵੀ ਸ਼ਾਇਦ ਲਈਏ, ਚਲੋ ਖਾਓ। ਬੱਚੇ ਜਿਹੜੇ ਸੀ ਗਾਬਰ ਜਾਂਦੇ ਨੇ ਦਿਹਾੜੀ, ਇੱਕ ਜਾਂਦੇ ਨੇ ਚੀਜ਼ ਨਾ ਮਿਲੇ ਤਾਂ, ਅੱਗੇ ਜਾਂਦੇ ਸੀ ਨਾ ਸਕੂਲ ਅਤੇ ਡੇਲੀ ਜਿਹੜਾ ਖਰਚਾ ਹੀ ਮਿਲ ਜਾਂਦਾ, ਚੀਜ਼ ਵੀ ਮਿਲ ਜਾਂਦੀ ਹੈ। ਲੇਕਿਨ ਜਦੋਂ ਸਕੂਲ ਹੀ ਨਹੀਂ ਜਾਂਦੇ, ਫਿਰ ਪਾਪਾ ਜਾਂਦਾ ਬਾਹਰ ਜਾਵੇ ਉਸ ਵੇਲੇ ਚੀਜ਼ ਲੈ ਕੇ ਆਵੇ, ਵਰਨਾ ਜੀ ਦੇ
ਤਾਂ ਉਹਨੇ ਤਾਂ ਦੁਕਾਨ ਹੈ ਨਹੀਂ ਤੇ ਨਾ ਹੀ ਜਾ ਕੇ ਆਪੇ ਲੈ ਸਕਦੇ ਨੇ ਤੇ ਸੁਬਹ ਤੇ ਬੜੇ ਗਾਬਰੇ ਬੈਠੇ ਨੇ ਚੱਲ ਜਾਗਦਾ ਹੈ ਡਰ ਕਹਿ ਰਿਹਾ ਮਾਰੀ ਪਾਪਾ ਨੇ ਦੁਕਾਨ ਬਣਾਉਣੀ ਹੈ ਤੇ ਫਿਰ ਹਮ ਮੌਜ ਗਏ ਉਹਨੇ ਸਾਡੇ ਪਾਪਾ ਨੇ ਕਿਸ ਚੀਜ਼ ਦੀ ਦੁਕਾਨ ਬਣਾਉਣੀ ਹੈ ਹਾਂਜੀ ਕਾਕੇ ਨੂੰ ਸੁਣਦੇ ਨਾ ਤੇ ਹੋਰ ਉਹਨੇ ਫਿਟਿੰਗ ਸ਼ਿਟਿੰਗ ਕਰਾ ਦੇਣਾ ਤਕਰੀਬਨ ਘੰਟਾ ਡੇਢ ਲੱਗ ਗਿਆ ਹੋਇਆ ਤੇ ਹੁਣ ਜਿਹੜਾ ਟਾਈਮ ਹੋ ਗਿਆ ਜੀ ਤਕਰੀਬਨ 7 ਵਜੇ ਸਿਰਫ 10 ਮਿੰਟ ਰਹਿ ਗਏ ਸ਼ਾਮ ਦਾ ਟਾਈਮ ਜਿਹੜਾ ਜੀ ਹੁੰਦਾ ਪਿਆ ਜਲਦੀ ਜਲਦੀ ਜਿਵੇਂ ਆਟਾ ਗੁੰਨੇ ਆ ਉਸ ਪਗਾ ਬਾਅਦ ਬਣੇ ਰੋਟੀਆਂ ਕਿਉਂਕਿ ਮੇਰੇ ਸਾਥ ਆਪਦਾ ਕੰਮ ਜਿਹੜਾ ਮੁਕੰਮਲ ਕਰਕੇ ਨਿਕਲ ਗਏ ਉਹਨੇ ਬਾਹਰ ਹੁਣ ਆਉਂਦਾ ਕੰਮ ਜਿਹੜਾ ਪਿੱਛੇ ਤਾਂ ਮੁਕੰਮਲ ਹੋ ਗਿਆ ਉਹਨੇ ਦੋ ਜਿਹੜੀ ਨਾਣੀਆਂ ਬਣਾਈਆਂ ਨੇ ਉਹਨੇ ਮੈਨੂੰ ਆਖਿਆ ਪਿੱਛੇ ਵਾਲੀਆਂ ਮੈਂ ਆਪੇ ਬਣਾਉਣੀਆਂ ਮੈਂ ਚਲੋ ਠੀਕ ਹੋ ਗਿਆ ਅਤੇ ਹੁਣ ਫਿਲਹਾਲ ਜਿਹੜਾ ਜੀ ਮੇਰਾ ਕੰਮ ਰਹਿ ਗਿਆ ਹੈ ਔਰ ਮੈਂ ਜਲਦੀ ਜਲਦੀ ਆਪਣਾ ਕੰਮ ਸਮੇਟ ਲੈਂਦੀ ਹਾਂ ਸਭ ਤੋਂ ਪਹਿਲਾਂ ਜਿਹੜੇ ਜੀ ਸੁਬਹ ਆਟਾ ਪਿਆ ਉਹ ਪਕਾ ਹੀ ਨੇ ਔਰ ਰਤਮ ਜਿਹੜਾ ਹੁਣ ਆਟਾ ਸੱਜਾ ਗੁੱਦਾ ਹੈ ਨਾ ਉਹਨੂੰ 5-10 ਮਿੰਟ ਰਹੇ ਸੀ ਅਤੇ ਫਿਰ ਜਿਹੜਾ ਉਹਦੀ ਰੋਟੀ ਵੀ ਅੱਛੀ ਬਣ ਜਾ ਸੀ ਫਾਇਜ਼ਾ ਕਿਆ ਹੁਆ ਕਿਆ ਹੁਆ ਕਿਆ ਹੁਆ ਭਾਈ ਮੰਮਾ ਦੇਖ ਸਕਦੇ ਇਹ ਕਿਉਂ ਨਾਰਾਜ਼ ਹੈ ਹਾਂਜੀ ਬਾਬਾ ਆ ਜਾਤਾ ਹੈ ਨਾ ਓ ਨਾ 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 ਬੀਬੀ ਕੋ ਮਤ ਉਠਾਓ ਨਾ ਮੇਰੇ ਘਿਓ ਵਾਲੀ ਰੋਟੀ ਬਣਾਉਣੀ ਮਾਸ਼ਾ ਵਾਲੀ ਚੜ੍ਹ ਕੇ
ਮਾਸ਼ਾਅੱਲਾ ਅੱਜ ਕਾਫੀ ਦਿਨਾਂ ਬਾਅਦ ਆਲੂ ਗੋਸ਼ਤ ਖਾ ਰਹੇ ਹੈ। ਪਹਿਲੇ ਅਕੇਲੇ ਆਲੂ ਖਾਏ ਥੇ। ਅਲਹਮਦੁਲਿਲਾ ਜੀ, ਖਾਣਾ ਖਾ ਲਿਆ ਹੋਇਆ ਔਰ ਬਿਸਤਰੇ ਜਿਹੜੇ ਨੇ ਉਹ ਵੀ ਲਾ ਦਿੱਤੇ ਨੇ ਔਰ ਹੁਣ 4-5 ਉੱਤੇ ਬਹਿ ਗਏ ਸਕੂਲ ਨਾਲ। ਬਸ 1-2 ਜਿਹੜੇ ਨੇ ਵੀ ਲੋਕ ਵੇਖ ਕੇ ਅਤੇ ਜਿਹੜੇ ਨਾਲ ਸਮਝਣ ਲੱਗੇ, ਬਾਕੀ ਹੋਰ ਕੋਈ ਕੰਮ ਵੀ ਜਿਹੜੇ ਨੇ ਨਹੀਂ ਕਰਨਾ। ਔਰ ਅੱਜ ਦੀ ਜਿਹੜੀ ਮੈਂ ਇੱਥੇ ਖਤਮ ਕਰਨੀ ਹੈ। ਇਨਸ਼ਾਅੱਲਾ ਮਿਲਾਂਗੇ ਸੁਬਹ ਇੱਕ ਨਵੀਂ ਜੀ ਪਿਆਰੀ ਜੀ ਯੂਨਿਟ ਜੀ ਨੇ ਦੁਬਾਰਾ। ਉਦੋਂ ਤੱਕ ਆਪਣੀ ਮਿਹਰ ਕਦੇ ਦੀ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਣਾ ਹੈ, ਦੁਆਵਾਂ ਯਾਦ ਰੱਖਣਾ ਹੈ। ਅੱਲਾ ਹਾਫਿਜ਼ ਜੀ, ਅੱਲਾ ਨਿਗਹਿਬਾਨ। ਔਰ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦੇਣਾ, ਵੀਡੀਓ ਲਾਈਕ ਕਰ ਸ਼ੇਅਰ ਵੀ ਕਰਨਾ ਹੈ। ਅਤੇ ਵਿਊ ਜਿਹੜਾ ਨੇ ਬਿਲਕੁਲ ਹੀ ਥੋੜ੍ਹਾ ਆ ਰਿਹਾ ਹੈ, ਅਤੇ ਥੋੜ੍ਹਾ ਜਿਹਾ ਸਪੋਰਟ ਕੀਤੀ ਹੋ ਜਾਂਦੀ ਜਲਦੀ।